ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਇਹ ਜਿਹੜਾ ਦਿਲਕਸ਼ ਨਜ਼ਾਰਾ ਆਪ ਜੀ ਵੇਖ ਰਹੇ ਹੋ, ਇਹ ਅੱਠ ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਧਰਤੀ ਸ੍ਰੀ ਖਡੂਰ ਸਾਹਿਬ ਦਾ ਹੈ। ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਸਾਲਾਨਾ ਗੁਰਤਾ ਗੱਦੀ ਪੁਰਬ ਸ਼ਰਧਾ ਸਤਿਕਾਰ ਪਿਆਰ ਦੇ ਸਹਿਤ ਖਡੂਰ ਸਾਹਿਬ ਜੀ ਦੀ ਧਰਤੀ 'ਤੇ 27, 28, 29, 30 ਸਤੰਬਰ ਨੂੰ ਸਤਿਕਾਰ ਸਹਿਤ ਮਨਾਇਆ ਜਾ ਰਿਹਾ ਹੈ। ਆਓ, ਮੈਂ ਤੁਹਾਨੂੰ ਸਤਿਕਾਰ ਦੇ ਨਾਲ ਅੰਦਰ ਲੈ ਕੇ ਜਾਂਦਾ ਹਾਂ ਅਤੇ ਸਾਰੇ ਹੀ ਨਜ਼ਾਰੇ ਨੂੰ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਦਿਖਾਉਣ ਦਾ ਯਤਨ ਕਰਦਾ ਹਾਂ। ਸਾਰਾ ਹੀ ਨਜ਼ਾਰਾ ਜਿਹੜਾ ਇਹ ਬਹੁਤ ਸੁੰਦਰ ਹੈ ਅਤੇ ਸਿੱਖ ਸੰਗਤਾਂ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਸੁੰਦਰ ਅਸਥਾਨ ਦੇ ਦਰਸ਼ਨ ਦੀਦਾਰ ਜਿਹੜੇ ਨੇ ਉਹ ਕਰ ਰਹੀਆਂ ਨੇ। ਹੁਣ ਇਸ ਵਕਤ ਆਪਾਂ ਇਹ ਦਰਸ਼ਨੀ ਡਿਉੜੀ ਦੇ ਵਿੱਚ ਪ੍ਰਵੇਸ਼ ਹੋ ਰਹੇ ਹਾਂ। ਅਗਲੇ ਪਾਸੇ ਕਾਰ ਸੇਵਾ ਵਾਲੇ ਗੁਰਸਿੱਖ ਪਿਆਰੇ ਬੈਠੇ ਹੋਏ ਨੇ ਔਰ ਅਗਲੇ ਪਾਸੇ ਮਹਾਰਾਜ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਦਰਬਾਰ ਹੈ। ਬਹੁਤ ਸੁੰਦਰ ਦਰਬਾਰ ਜਿਹੜਾ ਉਹ ਸਜਿਆ ਹੋਇਆ ਹੈ, ਆਪ ਜੀ ਵੇਖ ਸਕਦੇ ਹੋ। ਬੜੇ ਸਤਿਕਾਰ ਦੇ ਨਾਲ ਗੁਰੂ ਕੇ ਪਿਆਰਿਆਂ ਨੇ ਸਾਰੇ ਜਿਹੜੇ ਕਾਰਜ ਨੇ ਉਹ ਕੀਤੇ ਹੋਏ ਨੇ ਔਰ ਇਹ ਸਾਰੀਆਂ ਤਮਾਮ ਸੇਵਾਵਾਂ ਜਿਹੜੀਆਂ ਇਹ ਸਿੱਖ ਸੰਗਤਾਂ ਦੇ ਵੱਲੋਂ ਨਿਭਾਈਆਂ ਜਾ ਰਹੀਆਂ ਨੇ। ਆਹ ਦੇਖੋ ਕੈਸਾ ਸੁੰਦਰ ਹੈ, ਬੜਾ ਸੁੰਦਰ ਵਾਤਾਵਰਨ ਬਣਿਆ ਹੋਇਆ ਹੈ। ਸਿੱਖ ਸੰਗਤਾਂ ਪਿਆਰ ਦੇ ਨਾਲ ਇਹ ਰਹਿਰਾ ਸਾਹਿਬ ਜੀ ਦੇ ਪਾਠ ਸਰਵਣ ਕਰ ਰਹੀਆਂ ਨੇ। ਨਾਲ ਦੀ ਨਾਲ ਸਾਰੇ ਕੌਤਕਾਂ ਨੂੰ ਇਹ ਆਪੋ ਆਪਣੇ ਕੈਮਰਿਆਂ ਦੇ ਵਿੱਚ ਕੈਦ ਕਰਕੇ ਇਹਨਾਂ ਪਲਾਂ ਨੂੰ ਸੁਹਾਵਣੇ ਅਤੇ ਯਾਦਗਾਰੀ ਬਣਾ ਰਹੀਆਂ ਨੇ ਔਰ ਆਪ ਜੀ ਦੇਖ ਸਕਦੇ ਹੋ ਕਿ ਅਸੀਂ ਸੁੰਦਰ ਦੀ ਮਾਲਾ ਜਿਹੜੀ ਆ ਕੀਤੀ ਹੋਈ ਹੈ। ਆਹ ਨਾਲ ਦੀ ਨਾਲ ਸਾਡੇ ਗੁਰਸਿੱਖ ਪਿਆਰੇ ਸਾਰੇ ਪ੍ਰਬੰਧ ਦਾ ਜਾਇਜ਼ਾ ਲੈ ਰਹੇ ਨੇ ਔਰ ਬੜੇ ਪ੍ਰੇਮ ਦੇ ਨਾਲ ਸਾਰੀਆਂ ਸੇਵਾਵਾਂ ਜਿਹੜੀਆਂ ਇਹ ਸਿੱਖ ਸੰਗਤਾਂ ਦੇ ਦੁਆਰਾ ਇਹ ਨਿਭਾਈਆਂ ਜਾ ਰਹੀਆਂ ਨੇ ਔਰ ਮਹਾਰਾਜ ਜੀ ਦੀ ਅਪਾਰ ਕਿਰਪਾ ਦੇ ਨਾਲ ਇਹ ਸਾਰੇ ਇਹ ਕੌਤਕ ਜੋ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕੀਤੇ ਨੇ। ਇਹ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਮਹਾਨ ਅਸਥਾਨ ਹੈ, ਖਡੂਰ ਸਾਹਿਬ ਜੀ ਦੀ ਪਵਿੱਤਰ ਧਰਤੀ ਔਰ ਤੁਸੀਂ ਇਹ ਸਾਰਾ ਕੁਝ ਦੇਖ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।